ਇਕਲਿਪਸ ਤੇ ਜਾਵਾ ਵਿੱਚ ਹੈਲੋ ਵਰਲਡ ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਕਿ ਇਕਲਿਪਸ ਦੀ ਵਰਤੋਂ ਕਰਕੇ ਜਾਵਾ ਵਿੱਚ ਇੱਕੋ ਜਿਹੇ ਹੈਲੋ ਵਰਲਡ ਪ੍ਰੋਗਰਾਮ ਕਿਵੇਂ ਲਿਖੀਏ। ਇਸ ਟਿਊਟੋਰਿਅਲ ਲਈ ਅਸੀਂ ਇਸਤੇਮਾਲ ਕਰ ਰਹੇ ਹਾਂ ਇਕਲਿਪਸ 3.7 ਅਤੇ ਉਬੰਟੂ 11.10। ਇਸ ਟਿਊਟੋਰਿਅਲ ਨੂੰ ਚਲਾਉਣ ਲਈ ਤੁਹਾਡੇ ਸਿਸਟਮ ਉੱਤੇ ਇਕਲਿਪਸ ਇੰਸਟਾਲ ਹੋਣਾ ਚਾਹੀਦਾ ਹੈ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕਲਿਪਸ ਵਿੱਚ ਫਾਈਲ ਤਿਆਰ, ਸੇਵ ਅਤੇ ਰਨ ਕਿਵੇਂ ਕਰਨੀ ਹੈ। ਜੇਕਰ ਨਹੀਂ ਤਾਂ ਟਿਊਟੋਰਿਅਲ ਲਈ ਸਾਡੀ ਸੰਬੰਧਿਤ ਵੈਬਸਾਈਟ ਉੱਤੇ ਜਾਓ। ਇੱਥੇ ਜਾਵਾ ਕੋਡ ਦੀ ਇੱਕ ਲਾਈਨ ਹੈ ਜੋ ਹੈਲੋ ਵਰਲਡ ਮੈਸੇਜ ਪ੍ਰਿੰਟ ਕਰਦੀ ਹੈ। ਹੁਣ ਇਸ ਨੂੰ ਇਕਲਿਪਸ ਉੱਤੇ ਟਰਾਈ ਕਰਦੇ ਹਾਂ। ਆਲਟ F2 ਦਬਾਓ ਅਤੇ ਡਾਇਲੌਗ ਬਾਕਸ ਵਿੱਚ ਇਕਲਿਪਸ ਟਾਈਪ ਕਰੋ ਅਤੇ ਐਂਟਰ ਦਬਾਓ। ਵਰਕਸਪੇਸ ਵਿੱਚ ਓਕੇ ਉੱਤੇ ਕਲਿੱਕ ਕਰੋ ਅਤੇ ਇੱਥੇ ਸਾਡੇ ਕੋਲ ਇਕਲਿਪਸ IDE ਹੈ। ਹੁਣ ਨਿਊ ਪ੍ਰੋਜੈਕਟ ਜੋੜੋ, ਫਾਈਲ ਨਿਊ ਉੱਤੇ ਕਲਿੱਕ ਕਰੋ ਅਤੇ ਪ੍ਰੋਜੈਕਟ ਚੁਣੋ। ਪ੍ਰੋਜੈਕਟ ਦੀ ਸੂਚੀ ਵਿੱਚ ਜਾਵਾ ਪ੍ਰੋਜੈਕਟ ਚੁਣੋ ਅਤੇ ਨੈਕਸਟ ਉੱਤੇ ਕਲਿੱਕ ਕਰੋ। ਪ੍ਰੋਜੈਕਟ ਨੇਮ ਵਿੱਚ ਡੈਮੋ ਪ੍ਰੋਜੈਕਟ ਟਾਈਪ ਕਰੋ। ਧਿਆਨ ਦਿਓ ਕਿ ਡੈਮੋ ਅਤੇ ਪ੍ਰੋਜੈਕਟ ਵਿੱਚ ਸਪੇਸ ਨਹੀਂ ਹੈ। D ਅਤੇ P ਕੈਪੀਟਲ ਲੈਟਰਸ ਵਿੱਚ ਹੋਣੇ ਚਾਹੀਦੇ ਹਨ। ਵਿਜ਼ਾਰਡਸ ਦੇ ਠੀਕ ਹੇਠਾਂ ਸੱਜੇ ਕੋਨੇ ਵਿੱਚ ਫਿਨਿਸ਼ ਉੱਤੇ ਕਲਿੱਕ ਕਰੋ। ਡੈਮੋ ਪ੍ਰੋਜੈਕਟ ਤਿਆਰ ਹੋ ਗਿਆ ਹੈ। ਹੁਣ ਪ੍ਰੋਜੈਕਟ ਵਿੱਚ ਨਿਊ ਕਲਾਸ ਐਡ ਕਰੋ। ਪ੍ਰੋਜੈਕਟ ਨਿਊ ਉੱਤੇ ਰਾਈਟ ਕਲਿੱਕ ਕਰੋ ਅਤੇ ਕਲਾਸ ਚੁਣੋ। ਇਹ ਇੱਕ ਨਿਊ ਜਾਵਾ ਕਲਾਸ ਪੋਰਟਲੈਟ ਖੋਲ੍ਹਦਾ ਹੈ। ਕਲਾਸ ਨੇਮ ਵਿੱਚ ਟਾਈਪ ਕਰੋ ਡੈਮੋ ਪ੍ਰੋਗਰਾਮ ਅਤੇ ਮੈਥਡ ਸਟੱਬਸ ਵਿੱਚ ਕਿਸੇ ਇੱਕ ਨੂੰ ਚੁਣੋ, ਜਿਵੇਂ ਪਬਲਿਕ, ਸਟੈਟਿਕ, ਵਾਇਡ, ਮੇਨ। ਵਿਜ਼ਾਰਡ ਦੇ ਠੀਕ ਹੇਠਾਂ ਸੱਜੇ ਕੋਨੇ ਵਿੱਚ ਫਿਨਿਸ਼ ਉੱਤੇ ਕਲਿੱਕ ਕਰੋ। ਅਸੀਂ ਵੇਖ ਸਕਦੇ ਹਾਂ ਕਿ ਡੈਮੋ ਪ੍ਰੋਜੈਕਟ ਦੇ ਕੋਲ ਸੋਰਸ ਡਾਇਰੈਕਟਰੀ ਅਤੇ ਡੈਮੋ ਪ੍ਰੋਗਰਾਮ .java ਨਾਂ ਦੀ ਇੱਕ ਫਾਈਲ ਹੈ। ਕਿਉਂਕਿ ਜਾਵਾ ਵਿੱਚ ਹਰ ਕਲਾਸ ਦੀ ਆਪਣੀ ਫਾਈਲ ਹੋਣੀ ਚਾਹੀਦੀ ਹੈ, ਇਸ ਲਈ ਕਲਾਸ ਡੈਮੋ ਪ੍ਰੋਗਰਾਮ ਕੇਵਲ ਡੈਮੋ ਪ੍ਰੋਗਰਾਮ .java ਵਿੱਚ ਹੀ ਮੌਜੂਦ ਹੋ ਸਕਦਾ ਹੈ। ਅਸੀਂ ਵੇਖ ਸਕਦੇ ਹਾਂ ਕਿ ਐਡੀਟਰ ਲਈ ਉੱਥੇ ਬਹੁਤ ਘੱਟ ਜਗ੍ਹਾ ਹੈ ਅਤੇ ਦ੍ਰਿਸ਼ ਧੁੰਦਲਾ ਹੈ। ਹੋਰ ਪੋਰਟਲੈਟਸ ਮਿਨੀਮਾਈਜ਼ ਕਰੀਏ ਅਤੇ ਇੱਥੇ ਸਾਡੇ ਕੋਲ ਐਡੀਟਰ ਹੈ। ਧਿਆਨ ਦਿਓ ਕਿ ਇਹ ਲਾਈਨ 2 ਸਲੈਸ਼ ਦੇ ਨਾਲ ਸ਼ੁਰੂ ਹੁੰਦੀ ਹੈ, ਅਰਥਾਤ ਇਹ ਲਾਈਨ ਕਮੈਂਟ ਹੈ ਅਤੇ ਸਾਡੇ ਕੋਡ ਦੇ ਨਾਲ ਇਸ ਦਾ ਕੋਈ ਸੰਬੰਧ ਨਹੀਂ। ਇਸ ਲਾਈਨ ਨੂੰ ਹਟਾਓ। ਇਸੇ ਤਰ੍ਹਾਂ ਹਰ ਇੱਕ ਜੋ ਸਲੈਸ਼ ਐਸਟ੍ਰਿਕ ਅਤੇ ਐਸਟ੍ਰਿਕ ਸਲੈਸ਼ ਦੇ ਵਿੱਚ ਹੈ ਉਹ ਵੀ ਕਮੈਂਟ ਹੈ। ਇਹ ਕਮੈਂਟਸ ਵੀ ਹਟਾਓ। ਇੱਥੇ ਸਾਡੇ ਕੋਲ ਕੋਡ ਦਾ ਬੇਅਰ ਬੋਨਸ ਹੈ। ਹੁਣ ਪ੍ਰਿੰਟ ਸਟੇਟਮੈਂਟ ਸਿਸਟਮ ਜੋੜੋ। ਧਿਆਨ ਦਿਓ ਕਿ ਇਕਲਿਪਸ ਸਾਰੀਆਂ ਸੰਭਵ ਪੂਰਤੀਆਂ ਦੀ ਸੂਚੀ ਦਿੰਦਾ ਹੈ। ਹੁਣ ਅਸੀਂ ਆਪ ਕਮਾਂਡ ਟਾਈਪ ਕਰਨ ਜਾ ਰਹੇ ਹਾਂ, ਆਊਟ ਡੋਟ ਪ੍ਰਿੰਟ ਐਲਨ ਬ੍ਰੈਕਟ ਵਿੱਚ ਕੋਟਸ ਵਿੱਚ ਟਾਈਪ ਕਰੋ ਹੈਲੋ ਵਰਡ। ਜਾਵਾ ਵਿੱਚ ਹਰ ਸਟੇਟਮੈਂਟ ਇੱਕ ਸੈਮੀਕੋਲਨ ਉੱਤੇ ਖਤਮ ਹੋਣੀ ਚਾਹੀਦੀ ਹੈ, ਤਾਂ ਸੈਮੀਕੋਲਨ ਜੋੜੋ। ਇਹ ਜਾਵਾ ਵਿੱਚ ਸਾਰਾ ਹੈਲੋ ਵਰਲਡ ਪ੍ਰੋਗਰਾਮ ਹੈ। ਸੇਵ ਕਰਨ ਲਈ Ctrl+S ਦਬਾਓ, ਸੱਜਾ ਕਲਿੱਕ ਕਰੋ, ਰਨ ਐਸ ਜਾਵਾ ਐਪਲੀਕੇਸ਼ਨ ਕੋਡ ਨੂੰ ਰਨ ਕਰੋ। ਜਿਵੇਂ ਕਿ ਅਸੀਂ ਆਉਟਪੁੱਟ ਕੰਸੋਲ ਵਿੱਚ ਵੇਖ ਸਕਦੇ ਹਾਂ, ਹੈਲੋ ਵਰਲਡ ਮੈਸੇਜ ਪ੍ਰਿੰਟ ਹੋ ਗਿਆ ਹੈ। ਹੁਣ ਵਰਡ ਨੂੰ ਜਾਵਾ ਵਿੱਚ ਤਬਦੀਲ ਕਰਦੇ ਹਾਂ। Ctrl+S ਦੇ ਨਾਲ ਇਸ ਨੂੰ ਸੇਵ ਕਰਦੇ ਹਾਂ ਅਤੇ ਇਸ ਨੂੰ ਰਨ ਕਰਦੇ ਹਾਂ। ਜਿਵੇਂ ਅਸੀਂ ਵੇਖ ਸਕਦੇ ਹਾਂ ਕਿ ਹੁਣ ਜੋ ਮੈਸੇਜ ਪ੍ਰਿੰਟ ਹੋਇਆ ਹੈ ਹੈਲੋ ਜਾਵਾ ਹੈ। ਹੁਣ ਜਾਣਦੇ ਹਾਂ ਕਿ ਕੋਡ ਦਾ ਹਰ ਇੱਕ ਭਾਗ ਕੀ ਕਰਦਾ ਹੈ। ਪਹਿਲੀ ਲਾਈਨ ਦੱਸਦੀ ਹੈ ਕਿ ਕਲਾਸ ਨੇਮ ਡੈਮੋ ਪ੍ਰੋਗਰਾਮ ਹੈ ਅਤੇ ਇਹ ਪਬਲਿਕ ਕਲਾਸ ਹੈ। ਦੂਜੀ ਲਾਈਨ ਦੱਸਦੀ ਹੈ ਕਿ ਇਹ ਮੇਨ ਮੈਥਡ ਹੈ
दूजे शब्दों विच मेथड जिथों जावा विच एग्जीक्यूशन शुरू होंदी है। जिवें कि सानू पता है कि यह प्रिंट स्टेटमेंट है, इसलिए असी जावा विच हैलो वर्ल्ड प्रोग्राम लिखते हाँ। इस दे नाल यह ट्यूटोरियल खत्म होंदा है। इस ट्यूटोरियल विच असी सिख्या कि जावा विच हैलो वर्ल्ड प्रोग्राम किवें लिखिए अते जावा कोड विच कोड दे हर एक भाग का की काम है। इस ट्यूटोरियल दे असाइनमेंट दे तौर ते असी ग्रीट नां दी जावा क्लास बनाउंदे हां। इस नाल प्रोग्राम सफलतापूर्वक चलना चाहिदा है। स्पोकन ट्यूटोरियल प्रोजेक्ट दे बारे होर जानकारी लई इस लिंक ते जाओ। यह स्पोकन ट्यूटोरियल प्रोजेक्ट नू संखेप विच दसेगा। जेकर तुहाडे कोल ठीक बैंडविड्थ नहीं है तां तुसी इस नू डाउनलोड करके वेख सकदे हो। स्पोकन ट्यूटोरियल प्रोजेक्ट टीम स्पोकन ट्यूटोरियल वर्त के वर्कशॉपां लगाउंदी है। ऑनलाइन टेस्ट पास करन वालियां नू सर्टिफिकेट भी दिते जांदे हन। ज्यादा जानकारी लई contact@spoken-tutorial.org ते लिखो। स्पोकन ट्यूटोरियल प्रोजेक्ट टॉक टू अ टीचर प्रोजेक्ट का हिस्सा है। यह भारत सरकार की MHRD के राष्ट्रीय साक्षरता मिशन थ्रू ICT राही सपोर्ट किया गया है। इस मिशन उत्ते ज्यादा जानकारी इस लिंक उत्ते उपलब्ध है। यह स्क्रिप्ट हरमीत संधू द्वारा अनुवादित है। धन्यवाद।